ਦੀ ਡਿਕਲੇਰੇਸ਼ਨੇ ਅਗਲਾ ਪੇਜ ਹੁਣ ਅਸੀਂ ਪੜਾਂਗੇ ਬੰਕੀਨਾ ਟਾਪਿਕ ਲਿਖਦਾ ਡਿਫੀਨੀਸ਼ਨਿ ਸਟਰਾਡਾਲੀ ਕਿ ਜੇ ਅਸੀਂ ਸੜਕਾਂ ਦੀਆਂ ਗੱਲਾਂ ਪੜ ਰਹੇ ਹਾਂ ਔਰ ਬੰਕੀਨਾ ਪੜਨ ਲੱਗੇ ਬੰਕੀਨਾ ਕੀ ਹੁੰਦਾ ਹੈ ਬੰਕੀਨਾ ਰੋਡ ਦੀ ਸਾਈਡ ਤੇ ਥੋੜੀ ਜੀ ਜਗ੍ਹਾ ਹੁੰਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਇਹ ਫੋਟੋ ਦੇਖ ਰਹੇ ਹੋ ਹੁਣ ਐਲੀਕ ਐਸਲੀਕ ਤੋਂ ਲੈ ਕੇ ਐਕਸਟਰਾ ਜਿਹੜੀ ਜਗ੍ਹਾ ਹੈ ਬੰਕੀਨਾ ਐਲੀਕ ਚਿੱਟੀ ਐਕਸਟਰਾ ਜਿਹੜੀ ਜਗ੍ਹਾ ਹੈ ਬੰਕੀਨਾ ਹੈ ਨਾ ਔਰ ਲੀਕਾਂ ਦੋਵਾਂ ਲੀਕਾਂ ਦੇ ਅੰਦਰ ਅੰਦਰ ਜਿਹੜੀ ਜਗ੍ਹਾ ਉਹਦਾ ਨਾਂ ਕੀ ਸੀ ਕਰੇਜਾ ਤਾਂ ਇਹ ਕੱਲ ਵੀ ਪੜਿਆ ਠੀਕ ਹੈ ਨਾ ਔਰ ਐਸ ਲਕੀਰ ਤੋਂ ਚਿੱਟੀ ਲੀਕ ਤੋਂ ਐਕਸਟਰਾ ਜਿਹੜੀ ਜਗ੍ਹਾ ਇਹ ਬੰਕੀਨੇ ਕਿਨਾਰਾ ਸਵਾਲ ਅੰਕ ਕਿਹਾ ਕਿ ਬੰਕੀਨੇ ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਗੱਡੀ پارک ਨਹੀਂ ਲਾ ਸਕਦੇ ਨੋ ਸਾਈਕਲ ਵਾਲਾ ਵੀ ਨਹੀਂ ਚੱਲ ਸਕਦਾ ਨੋ ਪੈਦਲ ਵੀ ਨਾ ਚੱਲੇ ਇੱਥੇ ਨੋ ਕੋਈ ਸ਼ਾਇ ਬੰਕੀਨੇ ਤੇ ਨਾ ਚੱਲੇ ਕਈ ਬੰਦੇ ਇਹਦੇ ਤੇ ਗਟਿਚ ਸਾਈਕਲ 'ਤੇ ਚਲਾਉਂਦੇ ਨੇ ਨਹੀਂ ਭਾਈ ਕੁਝ ਵੀ ਨਾ ਚਲਾਓ ਬੰਕੀ ਨਦੀ ਅਸੀਂ ਗੱਲ ਪੜ ਰਹੇ ਸੀ ਜਿਸ ਤਰ੍ਹਾਂ ਹੁਣ ਐਸ ਰੋਡ ਤੇ ਐਚਟੀ ਲਾਈਨ ਹੈ ਐਕਸਟਰਾ ਜਿਹੜੀ ਜਗ੍ਹਾ ਹੈ ਬੰਕੀ ਨਾ ਵਿਖੋਨੇ ਲਿਖਿਆ ਐਚਟੀ ਲਾਈਨ ਹੈ ਐਕਸਟਰਾ ਜਿਹੜੀ ਜਗ੍ਹਾ ਹੈ ਬੰਕੀ ਨਾ ਤੇ ਮੈਂ ਕੀ ਦੱਸਿਆ ਇਹਦੇ ਉੱਤੇ ਸਾਈਕਲ ਚਲਾਉਣਾ ਵੀ ਨੋ ਗੱਡੀ ਚਲਾਉਣਾ ਵੀ ਨੋ ਗੱਡੀ ਸੋਸਤਾ ਪਾਰਕ ਲਾਉਣਾ ਵੀ ਨੋ ਪੈਦਲ ਦਾ ਚੱਲਣਾ ਵੀ ਨੋ ਕੁਝ ਵੀ ਨਾ ਕਰੋ ਇਹ ਫਿਰ ਕਾਦੇ ਵਾਤੇ ਵੇ ਇਹ ਥੋੜੀ ਜੀ ਰੋਡ ਨੂੰ ਸਪੋਰਟ ਦੇਣ ਵਾਸਤੇ ਜਗ੍ਹਾ ਹੁੰਦੀ ਹੈ ਇਹਦੇ ਤੇ ਸਾਰੇ ਕੰਮ ਨੋ ਹਾਂਜੀ ਪੈਲਾ ਸਵਾਲ ਬੰਕੀਨਾਉਂ ਦੇਖੋ ਅਰਸਵਾਲ ਵਿੱਚ ਬੰਕੀਨਾ 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 ਇਹ ਟਾਪਿਕ ਹੈ ਕਿ ਸਟੂਡੈਂਟ ਕਹਿੰਦੇ ਨੇ ਜਿਹੜੇ ਸਵਾਲਾਂ 'ਚ ਫੋਟੋ ਨਾ ਆਵੇ ਜ਼ਰਾ ਸਾਨੂੰ ਮੁਸ਼ਕਿਲ ਲੱਗਦੇ ਨੇ ਨਹੀਂ ਭਾਈ ਪਹਿਲਾਂ ਪ੍ਰੋਲਿਆ ਜਿਹੜੇ ਦੋ ਤਿੰਨ ਪ੍ਰੋਲਿਆਂ ਤੂੰ ਇਹ ਦੇਖ ਲਿਆ ਕਰੋ ਕਿ ਕਿਸ ਟਾਪਿਕ ਦਾ ਸਵਾਲ ਹੈ ਠੀਕ ਹੈ ਜੀ ਬੰਕੀਨਾ ਨੋਨ ਕਨਸੈਂਟ ਨਹੀਂ ਇਜਾਜ਼ਤ ਨੋਰਮਾ ਕਾਨੂੰਨ ਦੇ ਮੁਤਾਬਕ ਟਰਾਂਜ਼ਿਟੋ ਵਹੀਕਲ ਗੱਡੀਆਂ ਦੇ ਚੱਲਣ ਦੀ। ਅੰਦਰ ਬੰਕੀਨੇ ਚ ਨਹੀਂ ਗੱਡੀਆਂ ਚੱਲ ਸਕਦੀਆਂ। ਵਿਖਿਆ? ਨੋ ਨਹੀਂ ਚੱਲਣਾ ਗੱਡੀਆਂ ਨੇ। ਓਕੇ ਜੀ। ਬੰਕੀਨਾ ਪਾਰਟ ਹੈ ਸਤਰਾ ਦਾ ਰੋਡ ਦਾ। ਵਿਖਿਆ? ਸਤਰਾ ਦੇ ਵਿੱਚ ਜਾਂਦੇ ਜਾਇਰੇ ਪੋਸਤਾ ਉਰੇ ਬੰਦਦਾ ਫੋਰੀ ਕਰੇ ਜਾਂਦਾ ਰੋਡ ਚੋਂ ਬਾਹਰ। ਹਾਂ ਬੰਕੀਨਾ ਬਾਹਰ ਕਰੇ ਜਾਂਦੇ। ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਇਸ ਫੋਟੋ 'ਚ ਦੇਖ ਰਹੇ ਹੋ ਕਰੇ ਜਾਤਾ ਸੜਾ ਇਸ ਲੀਕ ਤੋਂ ਲੈ ਕੇ ਇਸ ਲੀਕ ਤੱਕ ਹੁੰਦਾ ਤੇ ਬੰਕੀਨਾ ਕਰੇ ਜਾਤੇ 'ਚੋਂ ਬਾਹਰ ਹੈ ਫੋਰੀ ਬਾਹਰ ਸਟਰਾਦੇ 'ਚ ਆ ਜਾਂਦਾ ਸਟਰਾਦ ਤੇ ਸਭ ਕੁਝ ਹੈ ਵੀ ਇਸ ਤਰ੍ਹਾਂ ਦਾ ਹੈ ਵੀ ਇਸ ਤਰ੍ਹਾਂ ਦਾ ਹੈ ਵੀ ਇਸ ਤਰ੍ਹਾਂ ਦਾ ਸਾਰਾ ਕੁਝ ਇਸ ਤਰਾ ਦੇ ਸਟਰਾਦੇ ਦੇ ਵਿੱਚ ਆਂਦਾ ਲੇਕਿਨ ਕਰੇ ਜਾਤੇ 'ਚ ਨਹੀਂ ਆਂਦਾ ਕਰੇ ਜਾਤਾ ਲੀਕਾਂ ਦੇ ਵਿੱਚ ਔਰ ਬੰਕੀਨਾ ਲੀਕਾਂ ਤੋਂ ਬਾਹਰ ਹੈ لہذا ਫਿਰ ਬੰਕੀਨਾ ਕਰੇ ਜਾਤੇ ਤੋਂ ਬਾਰ ਹੋ ਗਿਆ ਫੋਰੀ ਕਰੇ ਜਾਤਾ ਤੇ ਉਹਦਾ ਸਵਾਲ ਠੀਕ ਹੈ ਕਿ ਬੰਕੀਨਾ ਫੋਰੀ ਬਾਰ ਹੁੰਦਾ ਹੈ ਕਰੇ ਜਾਤੇ ਚ ਬੰਕੀਨਾ ਪਾਰਟ ਹੈ ਸਟਰਾਦੇ ਦਾ ਹਾਂ ਸਟਰਾਦੇ ਦਾ ਪਾਰਟ ਤੇ ਬਣ ਗਿਆ ਜੀ ਸਿਤੂਆਤਾ ਓਲ ਤਰੇ ਲੀਨੀਆ ਬਿਆਨ ਕ ਅਸੀਂ ਚਿੱਟੀ ਲਾਈਨ ਲਾਈ ਹੁੰਦੀ ਹੈ ਵਾਈਟ ਕੰਟੀਨਿਊ ਮਰਜੀਨੇ ਕਿਨਾਰੇ ਰੋਡ ਦੇ ਉੰਦੇ ਬੰਕੀਨੇ ਤੁਹਾਨੂੰ ਕਿੰਜ ਪਤਾ ਲੱਗੇਗਾ ਬੰਕੀਨੇ ਅਜੀਬ ਬੰਕੀਨੇ 'ਚ ਇੱਕ ਲਾਈਨ ਹੁੰਦੀ ਏ ਚਿੱਟੀ ਕਿਨਾਰੇ ਵਾਲੇ ਪਾਸੇ ਬਸ ਉਸ ਲਾਈਨ ਤੋਂ ਉੱਪਰ ਉੱਪਰ ਬੰਕੀਨੇ ਲਾਈਨ ਹੁੰਦੀ ਏ ਚਿੱਟੀ ਵਾਈਟ ਕਿਨਾਰੇ ਵਾਲੇ ਪਾਸੇ ਉਹਦੇ ਉੱਪਰ ਉੱਪਰ ਬੰਕੀਨੇ 올ਟਰੇਮੀਨ ਉੱਪਰ ਉੱਪਰ ਵੀਰੋ ਐਸੀ ਭਾਈ ਵੀਰੋ ਗੱਲ ਪਹਿਲੇ ਚ ਕਹਿੰਦਾ ਕਿ ਬੰਕੀਨੇ 'ਚ ਕੋਈ ਗੱਡੀ ਨਹੀਂ ਚਲੇਗੀ ਵੀਰੋ ਬੰਕੀਨਾ ਪਰੇ ਜਾਂਦੇ ਚ ਆਊਟ ਹੁੰਦਾ ਵੀਰੋ ਔਰ ਐਸੀ ਇੱਕ ਚਿੱਟੀ ਲਾਈਨ ਲਾਈ ਹੁੰਦੀ ਹੈ ਉਹ ਤੇ ਉੱਪਰ ਉੱਪਰ ਤੁਹਾਡਾ ਬੰਕੀਨ ਹੈ ਹੁ ਗੱਲ ਸੁਣ ਪੜ੍ਹੀਏ ਅੰਦਰ ਬੰਕੀਨਾ ਰਿਜ਼ਰਵ ਹੈ ਜਿਹੜੀਆਂ ਗੱਡੀਆਂ ਸਲੋ ਲੈਂਦੀ ਸਲੋ ਚੱਲਦੀਆਂ ਇੱਥੇ ਘਾਟਾ ਮਾਰ ਦਿਓ ਨਹੀਂ ਇਹ ਸਲੋ ਵਾ ਤੇ ਗੱਡੀ ਤਾਂ ਚੱਲਣਾ ਹੀ ਨਹੀਂ ਵਹੀਕਲ ਮੀਨ ਗੱਡੀ ਗੱਡੀ ਨਹੀਂ ਚੱਲਣਾ ਭਾਈ ਸੁਲਬੰਕੀਨਾ ਕਿਨਾਰੇ ਦੇ ਉੱਤੇ ਸੋਸਤਾ ਵਹੀਕਲ ਗੱਡੀਆਂ ਨੂੰ ਪਾਰਕ ਲਾਣਾ consent e jaaste fir maximum maximum 5 ghante andar banke ne te park laan di ijazat nahi kuch nahi kar sakte banke ne nu sad asa use hi nahi kar sakte ghat hamaro aur nal ek wo ke panch ore mein beroch padya hi nahi hai na banke na divide karda kare jate ch do kursi banod ਅੰਦਰ ਬੰਕੀਨੇ ਦੇ ਵਿੱਚ ਦੋ ਕੁਰਸੀਆਂ ਹੁੰਦੇ ਨੇ ਨਹੀਂ ਜੀ ਬੰਕੀਨੇ 'ਚ ਕੁਛ ਨਹੀਂ ਹੁੰਦਾ ਉਹ ਇੱਕ ਕਿਨਾਰਾ ਹੁੰਦਾ ਹੈ ਰੋਡ ਦੀ ਸਾਈਡ ਤੇ ਦੁਬਾਰਾ ਫੋਟੋ ਦੇਖੋ ਹਾਂ ਇਹ ਲਾਈਨ ਤੋਂ ਉੱਤੇ ਉੱਤੇ ਥੋੜੀ ਜਗ੍ਹਾ ਇਹ ਵੇ ਬੰਕੀਨਾ ਔਰ ਇਹਦੇ 'ਚ ਕੋਈ ਕੁਰਸੀ ਹੈ ਕੁਛ ਨਹੀਂ ਹੁੰਦਾ ਇਹਦੇ ਤੇ ਕੋਈ ਨਹੀਂ ਚੱਲ ਸਕਦਾ ਨਾ ਅਸੀਂ ਸੋਸਤਾ ਲਾ ਸਕਨੇ ਆ ਬੰਕੀਨਾ ਪਾਰਟ ਹੈ ਕਰੇ ਜਾਂਦੇ ਦਾ ਮੈਂ ਤੇ ਕਹਿੰਦਾ ਇੱਥੋਂ ਹੀ ਗਲਤ ਹੋ ਗਿਆ ਜੇ ਤੁਸਾਂ ਦੀ ਧਿਆਨ ਤੁਸੀਂ ਕਰ ਕੀਤਾ ਤੇ ਅੰਧੇ ਕਰੇ ਜਾਂਦੇ ਦਾ ਪਾਰਟ ਹੈ ਬਾਹਰੇ ਕਰੇ ਜਾਂਦੇ ਜੋ ਹਾਂਜੀ ਤੁਸੀਂ ਇਹ ਫੋਟੋ ਦੇਖ ਰਹੇ ਹੋ ਕਰੇ ਜਾਂਦੇ ਚੂ ਬਾਹਰੇ ਇੱਥੇ ਤੱਕ ਹੁੰਦਾ ਕਰੇ ਜਾਂਦਾ ਚਿੱਟੀ ਲਾਈਨ ਤੋਂ ਤੇ ਇੱਕ ਤੇ ਇਹ ਵੀ ਗਲਤ ਉਹ ਗੱਲ ਹੋ ਗਈ ਜੀ ਕਰੇ ਜਾਂਦੇ ਦਾ ਪਾਰਟ ਹੈ ਔਰ ਦਿਸ਼ਤੀਨਾਤਾ ਬਣਾਇਆ ਗਿਆ ਇੱਥੇ ਸੋਸਤਾ ਪਾਰਕ ਲਾਉਣੀਆਂ ਨੇ ਗੱਡੀਆਂ ਹਾਂ ਦਾ ਡੈਸਟੀਨੇਟ ਕੀਤਾ ਗਿਆ ਪਾਰਕਿੰਗ ਲਾਉਣ ਵਾਤੇ ਗਲਤੀ ਹੋ ਗਈ ਜੀ ਨੋ ਨੋ ਹੁਣ ਟੌਪਿਕ ਕੀ ਹੈ ਭਾਈ ਡੈਫੀਨੀਸ਼ਨੇ ਸਟਰਾਡਲੀਆ ਦੇ ਸੜਕਾਂ ਦੇ ਬਾਰੇ ਤੁਸੀਂ ਪੜ੍ਹ ਰਹੇ ਹੋ ਉਹ ਰੁਣ ਪੜਨ ਲੱਗੇ ਹੋ ਇੰਟਰਸੈਸਿਓਨੇ ਚੋਕ ਰਾਜ਼ੂ ਬਰਾਬਰ ਚੋਕ ਹਾਂਜੀ ਚੋਕਾਂ ਦੇ ਬਾਰੇ ਪੜਨ ਲੱਗੇ ਇੰਟਰਸੈਸਿਓਨੇ ਵਿੱਚ ਚੋਕ ਨੂੰ ਕਹਿੰਦੇ ਨੇ ਇਨਕ੍ਰੋਚੋ ਵੀ ਕਹਿੰਦੇ ਨੇ ਬ੍ਰੈਕਟ ਅਸਲ 'ਚ ਪਿਛਲੀ ਪਰੋਲੇ ਦਾ ਹੀ ਪਿਛਲੇ ਵੜਦਾ ਹੀ ਈਜ਼ੀ ਇਟਾਲੀਅਨ ਹੁੰਦੀ ਹੈ ਸੁਸੀ ਭਾਵੇਂ ਇਹਨੂੰ ਪੜ ਲਓ ਭਾਵੇਂ ਕੋਈ ਪੜਨਾ ਹੁੰਦਾ ਰਾਜ਼ੂ ਚੌਕ ਰਾਜ਼ੂ ਚੌਕ ਕਿਹੜਾ ਹੁੰਦਾ ਭਈ ਆਓ ਸਰਾ ਫੋਟੋਾਂ ਦੇ ذریعے ਦੇਖੀਏ ਹੁਣ ਇਹ ਜਿਹੜਾ ਚੌਕ ਦੇਖ ਰਹੇ ਹੋ ਚੌਕ ਕਹਿੰਦੇ ਉਹ ਚਲੋ ਇਹਨੂੰ ਰਾਜ਼ੂ ਕਵਾਂਗੇ ਰਾਜ਼ੂ ਮੀਨ ਬਿਲਕੁਲ ਪਲੇਨ ਬਰਾਬਰ ਇਹਦੇ ਵਿੱਚ ਕ੍ਰਾਸਿੰਗ ਹੁੰਦੀ ਏ ਲੈਟਾਂ ਸ਼ਾਰੇ ਲੱਗੇ ਹੁੰਦੇ ਨੇ ਐਵੇਂ ਕਹਿੰਨ ਲੈਟਾਂ ਸ਼ਾਰੇ ਲੱਗੇ ਹੁੰਦੇ ਨੇ ਉਰ ਕ੍ਰਾਸਿੰਗ ਹੁੰਦੀ ਏ ਕਿਸੇ ਨੇ ਰੁਕਣਾ ਏ ਕਿਸੇ ਨੇ ਜਾਣਾ ਏ ਥੋੜਾ ਜਿਹਾ ਇੱਥੇ ਖਤਰਾ ਵੀ ਹੁੰਦਾ ਐਕਸੀਡੈਂਟ ਦਾ ਸਵਾਲਾਂ ਚ ਕੀ ਕਹੇਗਾ ਕਿ ਰਾਜ਼ੂ ਚੌਕ ਵੇ ਜਿਸ ਟਾਈਮ ਆਉਂਦੇ ਹੋ ਜ਼ਰਾ ਅਟੈਂਸ਼ਨ ਸਿਓ ਨੇ ਉਹ ਕਿ ਐਕਸੀਡੈਂਟ ਤੋਂ ਬਚਣ ਵਾਸਤੇ ਆਸਤਾ ਕਰਕੇ ਆਵਿਆ ਕਰੋ ਠੀਕ ਏ ਜੀ ਰਾਜ਼ੂ ਅਸੀਂ ਹੁਣ ਦੋ ਚੌਕਾਂ ਦੇ ਬਾਰੇ ਪੜਾਂਗੇ ਇੱਕ ਰਾਜ਼ੂ ਚੌਕ ਤੇ ਇੱਕ ਲਿਵੇਲਿਸ ਫਰਸਾਤੀ ਚੌਕ ਲਿਵੇਲਿਸ ਫਰਸਾਤੀ ਵਿੱਚ ਪੁਲਾਵਾਲਾ ਯਾਨੀ ਇਹਦੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਹੈ ਕੁਝ ਨਜ਼ਰ ਆਇਆ ਫਰਕ ਉਹਦੇ ਵਿੱਚ ਇਹ ਸੀ ਕਿ ਉਹਦੇ ਵਿੱਚ ਕ੍ਰਾਸਿੰਗ ਸੀਗੀ ਅ ਮਤਲਬ ਕਠੀਆਂ ਗੜਿਆਂ ਨੇ ਕ੍ਰਾਸ ਕਰਨਾ ਹੁੰਦਾ ਜਿਵੇਂ ਕਿ ਇਹ ਵੀ ਰਾਜ਼ੋ ਚੌਕ ਹੀ ਸਾਡਾ ਇਹ ਵੀ ਰਾਜ਼ੋ ਚੌਕ ਹੀ ਹੈ ਜਿਹੜਾ ਤੇ ਲਿਵੈਲਿਸ ਫਾਲ ਸਾਤੀ ਚ ਇਹ ਹੁੰਦਾ ਪੁਲ ਸਿਸਟਮ ਹੁੰਦੇ ਨੇ ਕਿਸੇ ਨੂੰ ਰੁਕਣਾ ਨਹੀਂ ਪੈਂਦਾ ਇਹ ਜ਼ਰਾ ਜ਼ਿਆਦਾ ਈਜ਼ੀ ਹੁੰਦਾ ਆਟੋ ਸਟ੍ਰੀਟ ਵਿੱਚ ਮੋਟਰਵੇ ਵਿੱਚ ਜਾਂ ਪ੍ਰਿੰਸੀਪਲੇ ਵਿੱਚ ਇਹ ਚੀਜ਼ ਆਉਂਦੀ ਨੇ ਐਦਾਂ ਦੇ ਕ੍ਰਾਸਿੰਗ ਚੌਕ ਬਣਾਏ ਨੇ ਉਹਨਾਂ ਨੇ ਯਾਨੀ ਪਲਸ ਸਿਸਟਮ ਤਾਂ ਕਿ ਕਿਸੇ ਨੂੰ ਰੁਕਣਾ ਨਾ ਪਵੇ ਔਰ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਕਿਹੜੇ ਚੋਕ ਨੇ ਉਹ ਐ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਠੀਕ ਹੈ ਇਹਨਾਂ ਦੇ ਨਾਮ ਰੱਖ ਲਓ ਜਿਹੜੇ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਨੇ ਉਹਨਾਂ ਦਾ ਨਾਮ ਰੱਖੋ ਜੀ ਰਾਜ਼ੋ ਔਰ ਜਿਹੜੇ ਮੋਟਰਵੇਅ ਔਰ ਪ੍ਰਿੰਸੀਪਲ ਰੋਡਾਂ ਵਿੱਚ ਆਂਦੇ ਨੇ ਉਹਨਾਂ ਦਾ ਨਾਮ ਰੱਖੋ ਲੀਵੇਲਿਸ ਫਲਸਾਤੀ ਐਉਗੇ ਲੀਵੇਲਿਸ ਫਲਸਾਤੀ ਜ਼ਰਾ ਮੁਸ਼ਕਿਲ ਨਾ ਹੈ ਐ ਰਾਜ਼ੋ ਰਾਜ਼ੋ ਦਾ ਸੁਖਮਾਨੀ ਪਲੇਨ ਬਿਲਕੁਲ ਸੇਮ ਲੈਵਲ ਮੇ ਹੁਣ ਸੇਮ ਲੈਵਲ ਹੈ ਨਾ ਤੇ ਇਹਦੇ ਚ ਪੁੱਲ ਨੇ ਤੇ ਫਿਰ ਲਿਵੇਲੀ ਲੈਵਲਸ ਫਲਸਤੀ ਉੱਚੀਆਂ ਨੀਵੀਆਂ ਰੋਡਾਂ ਨੇ ਅਸੀਂ ਆਪਣਾ ਸੋਰੀ ਰਾਜ਼ੋ ਪੜਨ ਲੱਗਿਆ ਭਾਈ ਇੰਟਰਸੈਕਸ਼ਨੇ ਕਿਹੜੇ ਚੋਕ ਜੀ ਰਾਜ਼ੋ ਰਾਜ਼ੋ ਦਾ ਮਾਨੀ ਕੀ ਕਰੋਗੇ ਲੋਕਲ ਚੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਆਉਂਦੇ ਨੇ ਤੁਹਾਡੇ ਪਿੰਡ ਚ ਬਹੁਤ ਔੜੇ ਨੇ ਪਹਿਲਾ ਸਵਾਲ ਹੁਣ ਸਿਕੋ ਹਰ ਸਵਾਲ ਵਿੱਚ ਇੰਟਰਸੈਕਸ਼ਨੇ ਰਾਜ਼ੋ इंटरसेसियों स्योने राजजो यानी राजो चौक बराबर चौक लोकल चौक य टॉपिक है साढ़ा अभी जोड़ा इंतरसेस्योने चौक होंगे राजजो बराबर लोकल वाला ये दुए यो दो पीओ या ज़्यादा रोड होंगे ने इनक्रोचानों क्रॉसिंग होंसो ली वे लो सेम लेवल हों मतलब बराबर होंगे ने बिल्कुल ਇਹ ਨਹੀਂ ਪੁੱਲ ਨਹੀਂ ਹੁੰਦਾ ਸਿੱਧੋਲੀ ਵੈਲੋਮੀਨ ਬਰਾਬਰ ਲੈਵਲ ਹੈ ਪੁੱਲ ਨਹੀਂ ਹੈ ਇਹ ਮਤਲਬ ਤੇ ਅੰਦਰ ਕਿ ਰਾਜ਼ੂ ਚੌਕ ਦੇ ਵਿੱਚ ਦੋ ਜਾਂ ਜ਼ਿਆਦਾ ਸੜਕਾਂ ਦੀ ਕਰਾਸਿੰਗ ਵੀ ਹੋਵੇਗੀ ਔਰ ਲੈਵਲ ਵੀ ਸੇਮ ਹੋਏਗਾ ਵੇਰੋ ਜਿਵੇਂ ਕਸੀਂ ਦੇਖ ਰਹੇ ਹਾਂ ਕਿ ਇਹ ਰਾਜ਼ੂ ਚੌਕ ਇਹਦੇ ਵਿੱਚ ਦੋ ਜਾਂ ਤਿੰਨ ਜਾਂ ਚਾਰ ਸੜਕਾਂ ਦੀ ਕਰਾਸਿੰਗ ਹੋ ਰਹੀ ਏ ਔਰ ਲੈਵਲ ਸੇਮ ਹੈ ਬਿਲਕੁਲ ਫੁੱਟਾ ਰੱਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਲੈਵਲ ਹੈ ਅੱਛਾ ਇਸ ਸੁਲੀਵੇਲੋ ਟ੍ਰੀਕ ਬਣਾ ਸਕਦੇ ਹੋ ਰਾਜੂ ਦਿਆਂ ਸਵਲਾਂ ਜਿਸ ਤੇ ਸੁਲੀਵੇਲੋ ਵੇਰੂ ਹੈ ਜਿਹੜਾ ਇੰਦਰ ਸਿਓ ਨੇ ਚੋਕੇ ਰਾਜੂ ਐ ਲੋਕਲ ਚੋਕ ਪਿੰਡ ਵਾਲਾ ਪੂ ਇਸੇਰੇ ਹੋ ਸਕਦਾ ਹੈ ਰੈਗੂਲਟਾ ਇਤਨੇ ਨੂੰ ਰੈਗੂਲੇਟ ਕੀਤਾ ਗਿਆ ਹੋਵੇ ਸਿਮਾਫੋਰੂ ਲੇਟਾ ਸ਼ਾਰੇ ਲੱਗੇ ਹੋਣ ਰਾਜੂ ਚੋਕ ਚ ਲੇਟਾ ਸ਼ਾਰੇ ਵੀ ਹੁੰਦੇ ਨੇ ਹਾਂ ਹੁੰਦੇ ਇਸ ਤਰ੍ਹਾਂ ਕੇ ਅਸੀਂ ਫੋਟੋ ਵਿੱਚ ਦੇਖ ਰਹੇ ਹਾਂ ਕਿਹੜਾ ਹੈਗਾ ਹਾਂ ਇਹ ਵੀ ਕੋਈ ਨ ਲੈਟਾ ਸ਼ਾਰੇ ਲੱਗੇ ਵੇਰੋ ਅਗਲਾ ਸਵਾਲ ਇੰਟਰਸੈਸਿਓਨੇ ਜਿਹੜਾ ਚੂਕੇ ਰਾਜ਼ੋ ਉਨ ਇੰਟਰਸੈਸਿਓਨੇ ਇਸਤਰਾ ਦਾ ਚੂਕੇ ਦੂਏ ਦੋ ਰੋਡਾ ਹੁੰਦੀਆਂ ਨੇ ਓਪੀ ਉਸ ਤਰਾ ਦੇ ਜਾਂ ਜ਼ਿਆਦਾ ਰੋਡਾ ਹੁੰਦੀਆਂ ਨੇ ਪੋਸਤੋਰ ਬਣੀ ਹੁੰਦੀਆਂ ਨੇ ਸਤੇਸੋ ਲੀਵੇਲੋ ਸੇਮ ਲੈਵਲ ਹੁੰਦੇ ਅੰਦਰ ਰਾਜ਼ੂ ਚੌਕ ਵਿੱਚ ਸੇਮ ਲੈਵਲ ਹੁੰਦਾ ਹੈ ਬਰਾਬਰ ਇੱਕ ਲੈਵਲ ਹੁੰਦਾ ਹੈ ਵੀਰੋ ਇੰਟਰਸੈਸ਼ਨੇ ਇਨਕ੍ਰੂਚੂ ਆ ਰਾਜ਼ੂ ਜਿਹੜਾ ਰਾਜ਼ੂ ਚੌਕ ਹੁੰਦਾ ਹੈ ਰਿਚੀਏਦੇ ਇਹਦੇ ਚ ਅਸੀਂ ਰਿਕਵੈਸਟ ਕਰਨੇ ਆ ਰਾਜ਼ੂ ਚੌਕ ਕਿਹੜਾ ਤੁਹਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਲੋਕਲ ਚੌਕ ਨੇ ਅੱਜ ਜਿਹੜੇ ਲੋਕਲ ਚੌਕ ਹੁੰਦੇ ਨੇ ਇੱਥੇ ਰਿਕਵੈਸਟ ਕੀਤੀ ਜਾਂਦੀ ਏ ਫਾਰੇ ਅਤੈਂਸਿਓਨੇ ਬੜਾ ਧਿਆਨ ਕਰੋ ਵਹੀਕਲ ਪ੍ਰੋਵੀਨੀਐਂਟੀ ਗੱਡੀਆਂ ਆ ਰਹੀਆਂ ਨੇ ਸਤਰਾਦਾ ਰੋਡ ਵਿੱਚੋਂ ਕੇਸੀ ਇਨਕਰੋਚਾ ਨੂੰ ਜਿਹੜਾ ਵੀ ਤੁਹਾਨੂੰ ਕ੍ਰਾਸ ਕਰਦਾ ਹੈ ਅਜੀ ਰਾਜ਼ੋ ਚੌਕ 'ਚ ਬੜਾ ਧਿਆਨ ਕਰਿਆ ਕਰੋ ਰੋਡ ਕ੍ਰਾਸ ਕਰ ਰਹੇ ਹੁੰਦੇ ਨੇ ਗੱਡੀਆਂ ਕ੍ਰਾਸ ਕਰ ਰਹੀਆਂ ਹੁੰਦੀਆਂ ਨੇ ਵੀਰੋ ਵੇਖੋ ਨਾ ਉਹ ਐਸ ਰੈੱਡ ਗੱਡੀ ਵਾਲੇ ਨੇ ਸਵਾਲ ਵਾਲਾ ਕਹਿ ਰਿਹਾ ਰੈੱਡ ਗੱਡੀ ਵਾਲਿਆ ਰਾਜ਼ੋ ਚੌਕ 'ਚ ਆ ਗਿਆ ਤੂੰ ਹਾਂਜੀ ਆ ਗਿਆ ਬੜਾ ਧਿਆਨ ਕਰੋ ਗੱਡੀਆਂ ਕ੍ਰਾਸ ਕਰ ਰਹੀਆਂ ਨੇ ਤੈਨੂੰ ਮੈਨੂੰ ਟ੍ਰਿਕ ਕੀ ਦੇਣ ਲੱਗਾ ਸੀ ਹਾਂ ਅਰੇ ਕੀ ਇਹਦੀ ਸਾਰੀ ਬੁੱਕ ਚ ਇਹਦੇ ਸਵਾਲ ਠੀਕ ਨੇ ਭਾਈ